ਦਾ ਇੱਕ ਵਾਰੀ ਲੱਗਦਾ 1.5 ਲੱਖ ਦਾ ਰਮਾਲਾ ਮੁੜ ਕੇ ਨਹੀਂ ਲੱਗਦਾ ਸਾਸਾਂ ਦਾ ਕਮਰਿਆਂ ਦੇ ਕਮਰੇ ਭਰੇ ਪਏ ਤਾਂ ਹੁਣ ਆਪਣੇ ਵੀ ਗੁਰਦੁਆਰਾ ਸਾਹਿਬ ਨਾਨਕ ਜੀ ਦੇ ਵਿੱਚ ਇਹੀ ਚੀਜ਼ ਹੈ ਅਤੇ ਮੇਰੀ ਬੇਨਤੀ ਹੈ ਵੀ ਜਦੋਂ ਆਪਾਂ ਕਦੇ ਵੀ ਸੁੱਖਣਾ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਦੇ ਤਾਂ ਰਮਾਲਾ ਸਾਹਿਬ ਦੀ ਥਾਂ 'ਤੇ ਜੇਕਰ ਆਪਾਂ ਗੁਰੂ ਨੇ ਆਪਾਂ ਨੂੰ ਕੀ ਬਖਸ਼ਿਆ ਸਰਦਾਰੀਆਂ ਬਖਸ਼ੀਆਂ ਸੱਚੇ ਸਰਦਾਰ ਸਤਿਗੁਰੂ ਜੀ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਦਸਤਾਰ ਭੇਟਾ ਕਰਨ ਦੀ ਅਰਦਾਸ ਦਸਤਾਰ 7.5-8 ਮੀਟਰ ਦਸਤਾਰ ਲਿਆਂਦੀ ਗੁਰੂ ਸਾਹਿਬ ਦੇ ਅੱਗੇ ਦਸਤਾਰ ਦੇ ਮੱਥਾ ਟੇਕਿਆ ਜਿਹੜੀ ਆਪਾਂ ਦਸਤਾਰ ਫਿਰ ਉਹ ਦਸਤਾਰਾਂ ਦਾ ਕਰਨਾ ਕੀ ਆ ਵੀ ਗੁਰਦੁਆਰਾ ਸਾਹਿਬ ਦਸਤਾਰ ਆਉਣ ਲੱਗੀਆਂ ਕਰਨਾ ਕੀ ਸਾਡੇ ਬੱਚੇ ਦਾ ਜਨਮਦਿਨ ਹੈ ਆਪਾਂ ਅਖੰਡ ਪਾਠ ਸਾਹਿਬ ਰਖਾਇਆ ਸਹਿਜ ਪਾਠ ਰਖਾਇਆ ਪ੍ਰੋਗਰਾਮ ਹੋਇਆ ਫਿਰ ਉਹ ਦਸਤਾਰਾਂ ਜਿਹੜੀਆਂ ਗੁਰਦੁਆਰਾ ਸਾਹਿਬ ਇਕੱਠੀਆਂ ਹੋਣਗੀਆਂ ਸਾਡੇ ਬੱਚਿਆਂ ਨੂੰ ਗੁਰੂ ਘਰ ਵੱਲੋਂ ਦਸਤਾਰ ਦਿੱਤੀ ਜਾਏ ਗੁਰੂ ਘਰ ਵੱਲੋਂ ਦਸਤਾਰ ਦਿੱਤੀ ਜਾਏ ਬੱਚੇ ਨੂੰ ਅਹਿਸਾਸ ਹੋਵੇਗਾ ਕਿ ਮੈਨੂੰ ਦਸਤਾਰ ਦੀ ਦਾਤ ਗੁਰਦੁਆਰਾ ਸਾਹਿਬ ਤੋਂ ਮਿਲੀ ਆ ਮੈਂ ਆਪਣੇ ਕੇਸਾਂ ਦੀ ਬੇਅਦਬੀ ਨਾ ਸਾਡਾ ਕੋਈ ਨੌਜਵਾਨ ਬੱਚਾ ਬਾਹਰਲੇ ਦੇਸ਼ ਜਾ ਰਿਹਾ ਆਪਾਂ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ ਪਾਠ ਕਰਾਉਂਦੇ ਹਾਂ ਪ੍ਰੋਗਰਾਮ ਕਰਦੇ ਹਾਂ ਜਦੋਂ ਪ੍ਰੋਗਰਾਮ ਕੀਤਾ ਗੁਰੂ ਦੀ ਹਜ਼ੂਰੀ ਦੇ ਵਿੱਚ ਤਾਂ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਤੋਂ ਉਹ ਦਸਤਾਰ ਬਖਸ਼ਿਸ਼ ਰੂਪ ਦੇ ਵਿੱਚ ਮਿਲੇ ਕਾਕਾ ਜੀ ਠੀਕ ਹੈ ਗੁਰੂ ਦੀ ਕਿਰਪਾ ਕੀਤੀ ਮੁਰੇ ਸੀ ਧਰਤੀ 'ਤੇ ਜਾ ਰਹੇ ਹੈ ਤਾਂ ਦਸਮੇਸ਼ ਪਿਤਾ ਨੇ ਸਰਵੰਸ ਪਾ ਕੇ ਸਾਨੂੰ ਸਰਦਾਰੀ ਬਖਸ਼ੀ ਹੈ ਕਾਇਮ ਰੱਖਣੀ ਆ ਸਰਦਾਰੀ ਦੀ ਨਿਸ਼ਾਨੀ ਦਸਤਾਰ ਤੋਂ ਬਖਸ਼ਿਸ਼ ਸਾਡੇ ਬੱਚੇ ਕੀ ਉਹਨਾਂ ਮਹਾਨ ਧਰਮ ਦਾ ਲੱਗੇ ਦਸਤਾਰ ਨੇ ਅਤੇ ਇਹ ਆਪਾਂ ਦਸਤਾਰ ਗੁਰੂ ਅੱਗੇ ਅਰਪਣ ਕਰਿਆ ਕਰੀਏ ਗੁਰਦੁਆਰਾ ਸਾਹਿਬ ਦੇ ਸੇਵਾ ਦੀ ਸੰਭਾਲ ਰੱਖਣੀ ਦੇ ਪ੍ਰਵਾਨ ਰੱਖੀਏ ਅਤੇ ਜਦੋਂ ਸਾਡੇ ਬੱਚੇ ਕੋਈ ਵੀ ਐਕਟੀ ਜਾਂ ਰੁੱਤ ਹੈ ਉਹ ਗੁਰੂ ਦੇ ਕੇ ਆਪਾਂ ਨੂੰ ਪ੍ਰੋਗਰਾਮ ਕਰਨਾ ਗੁਰੂ ਘਰ ਤੋਂ ਦਸਤਾਰ ਅਹਿਸਾਸ ਪੈਦਾ ਹੋਵੇਗਾ ਉਹਦੇ ਨਾਲ ਕਿ ਹਾਂ ਗੁਰੂ ਨੇ ਸਾਨੂੰ ਇਹ ਸਰਦਾਰੀ ਇਹ ਸਿੱਖੀ ਬਖਸ਼ੀ ਹੈ ਅਤੇ ਸਾਨੂੰ ਫਿਰ ਬਹੁਤਾ ਸਮਝਾਉਣ ਦੀ ਲੋੜ ਨਹੀਂ ਹੈ ਪ੍ਰੈਕਟੀਕਲ ਹੋ ਜਾਏ ਬਹੁਤਾ ਸਮਝਾਉਣ ਦੀ ਲੋੜ ਨਹੀਂ ਹੈ ਫਿਰ ਸਾਰੇ ਕਰਦੇ ਆਪਾਂ ਰਲ ਮਿਲ ਕੇ ਕਰ ਸਕਦੇ ਹਾਂ ਅਤੇ ਜ਼ਰੂਰ ਇਹਦਾ ਆਪਾਂ ਕੋਈ ਸੰਕੋਚਨ ਕਰਨਾ ਵੀ ਹੋਏਗਾ ਕਿਉਂਕਿ ਜੇ ਸਮੇਂ ਨਾਲ ਆਪਾਂ ਕੋਈ ਬਾਰੇ ਨਹੀਂ ਕਰਾਂਗੇ ਪੁੱਛੇ ਆਗ ਲੱਗੀ ਹੈ ਪੇੜ ਤੋਂ ਜਲ ਰਹੇ ਹੈ ਮਾਤ ਤੂੰ ਉੜ ਕੇ ਆਉਣੀ ਜਾਂਦੇ ਕਿਆ ਬਾਗ ਨਹੀਂ ਤੇਰੇ ਪਾਸ ਦਰਖਤ ਨੂੰ ਅੱਗ ਲਾ ਕੇ ਪੰਛੀ ਬੈਠੇ ਉੜਨਾ ਤੇ ਕਿਸੇ ਨੇ ਕਿਹਾ ਖਾਂਪਣੀ ਕੋਟੇ ਨੂੰ ਉੱਤੇ ਜੋ ਤੁਸੀਂ ਪੰਛੀ ਅੱਗੋਂ ਜਵਾਬ ਦਿੰਦੇ ਨੇ ਕਹਿੰਦੇ ਖਾਣ ਖਾਏ ਇਸ ਪੇੜ ਅਸੀਂ ਪੇੜ ਖਾਣ ਖਾ ਰਹੇ ਆਮ ਨੇ ਬਣਾ ਕੇ ਇੱਥੇ ਰਹੇ